हाँ जी, अज दी वीडियो दे विच असी उड़े अड़े दी तीजी लाइन करांगे। थर्ड लाइन जिहड़ी हैगी आ चच्चा छच्छा जज्जा झज्जा निया। सो शुरू कर दें। चच्चा इज जस्ट ए सी एच साउंड, च इन्हू बोलना च। चच्चा मुक्ता च, चचे कन्ना चा, कन्ना इज ऑलवेज आ साउंड, लॉन्ग आ। चचे कन्ना चा, चचे सिहारी चे, चचे बिहारी ची, चचे औंकड़ चो, चचे दुलेंकड़ चू, चचे लाम चे, चचे दुलावा चै, चचे होड़ा चो। होड़े नू ऑलवेज लोंग बोलना, जिहड़ा होड़ा साउंड है ना इन ऑलवेज लंबा करके बोलना चो। जे आपां छोटा बोलांगे ना चो, वो औंकड़ बन जाना है, लाइक दिस। हुण देखो जे आपां चचे नू, कई बार हुंदा कि चचे औंकड़ भी सेम लगता, होड़ा भी सेम लगता, सेम नहीं हैगा, असीं उहनू लोंग करके नहीं बोलते तां सेम लगता। चचे होड़ा चो रारा चोर, जे चचे औंकड़ा चो र चोर, यह हैगा चोर ए चोर। सो होड़ा इज ऑलवेज लोंग ओ साउंड, तो औंकड़ा जिहड़ा ओ शॉर्ट ओ साउंड। यू कैन थिंक दिस इज यू साउंड, पर ए शॉर्ट या ए लोंग है, दोनों ओ साउंड है। चचे कनौड़ा चौ, चचे टिप्पी चंग, चचे कन्ना बिंदी चा। ਮੁਹਾਰਨੀ ਨੂੰ ਬੋਲਣ ਦੇ ਹੋਰ ਵੀ ਕਈ ਤਰੀਕੇ ਹੁੰਦੇ ਆ। ਸੋ ਵਾਏ ਆਈ ਪਿਕ ਦਿਸ, ਕਿਉਂਕਿ ਇਹਦੇ ਵਿੱਚ ਅਸੀਂ ਵਾਰ ਵਾਰ ਅੱਖਰ ਬੋਲਦੇ ਹਾਂ, ਜਿਵੇਂ ਚੱਚਾ, ਹੁਣ ਕਿੰਨੀ ਵਾਰ ਆਪਾਂ ਚੱਚਾ ਬੋਲ ਰਹੇ ਹਾਂ, ਇਹਦੇ ਨਾਲ ਉੜੇ ਆੜੇ ਦੀ ਪ੍ਰੈਕਟਿਸ ਹੁੰਦੀ ਆ ਵਾਰ ਵਾਰ। ਅਤੇ ਜਿੰਨੀਆਂ ਵੀ ਮਾਤਰਾ ਉਹਨਾਂ ਦਾ ਨਾਮ ਬੋਲਦੇ ਹਾਂ, ਜਿਵੇਂ ਹੋੜਾ ਆ ਕਨੌੜਾ ਆ, ਉਹਨਾਂ ਦੀ ਵੀ ਪ੍ਰੈਕਟਿਸ ਹੁੰਦੀ ਆ। ਸਮਟਾਈਮਸ ਬੱਚੇ ਯਾਦ ਨਹੀਂ ਹੁੰਦਾ, ਉਹ ਕਹਿ ਦਿੰਦੇ ਆ, ਜਿਵੇਂ ਆਪਾਂ ਹੋੜਾ ਦੀ ਗੱਲ ਕਰਨੀ ਆ, ਉਹ ਜਿਹੜਾ ਉੱਪਰ ਪਾਇਆ ਹੁੰਦਾ ਔਨ ਦਾ ਟੋਪ, ਇੱਦਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਹੋੜਾ ਆ ਜਾਂ ਕਨੌੜਾ ਆ। ਸੋ ਇਹ ਵਾਲਾ ਤਰੀਕਾ ਮੈਂ ਤਾਂ ਚੂਜ਼ ਕੀਤਾ, ਇਹਦੇ ਨਾਲ ਰਿਵੀਜ਼ਨ ਹੁੰਦੀ ਆ ਉੜੇ ਆੜੇ ਦੀ ਵੀ ਅਤੇ ਮਾਤਰਾ ਦੇ ਨਾਮ ਦੀ ਵੀ। ਛੱਛਾ ਹੁਣ ਕਰਦੇ ਹਾਂ। ਛੱਛਾ ਇਜ਼ ਲਾਈਕ ਐੱਸ ਐਚ, ਸਮਟਾਈਮਸ ਇਹਨੂੰ ਸੀ ਐੱਚ ਐੱਚ ਲਿਖਦੇ ਆ, ਪਰ ਫੋਰ ਕਿਡਸ ਐੱਸ ਐੱਚ ਸਮਝਣਾ ਜ਼ਿਆਦਾ ਈਜ਼ੀ ਆ। ਅਤੇ ਐੱਸ ਐੱਚ ਅਸੀਂ ਸੱਸੇ ਪੈਰ ਬਿੰਦੀ ਨੂੰ ਵੀ ਲਿਖਦੇ ਹਾਂ। ਸੋ ਛੱਛਾ ਜਿਹੜਾ ਹੁੰਦਾ ਇਹ ਥੋੜ੍ਹਾ ਜਿਹਾ ਮੋਰ ਜ਼ੋਰ ਦੇ ਕੇ ਬੋਲਿਆ ਜਾਂਦਾ ਛੱਛਾ। ਸੱਸੇ ਪੈਰ ਬਿੰਦੀ ਹੁੰਦਾ ਛ, ਉਹ ਹੁੰਦਾ ਛ, ਇਹ ਹੈਗਾ ਛ। ਇਟਸ ਜਸਟ ਮੋਰ ਹੈਵੀਅਰ, ਮੋਰ ਪ੍ਰੈਸ਼ਰ ਨਾਲ ਛੱਛਾ ਆ। ਜਿਵੇਂ ਛੱਲੀ ਆਪਾਂ ਲਿਖਣਾ ਨਾ, ਛੱਤਰੀ ਛੱਲੀ, ਅਤੇ ਸੱਸੇ ਪੈਰ ਬਿੰਦੀ ਨਾਲ ਉੱਦਾਂ ਨਹੀਂ ਬਣਨਾ, ਉਹ ਸੋਫਟ ਲੋਅਰ ਹੋ ਜਾਣਾ ਆ। ਸੋ ਛੱਛਾ, ਛੱਛਾ ਮੁਕਤਾ ਛ, ਛੱਛੇ ਕੰਨਾ ਛਾ, ਛੱਛੇ ਸਿਹਾਰੀ ਛੇ, ਛੱਛੇ ਬਿਹਾਰੀ ਛੀ, ਛੱਛੇ ਔਂਕੜ ਛੋ, ਛੱਛੇ ਦੁਲੈਂਕੜ ਛੂ, ਛੱਛੇ ਲਾਮ ਛੇ, ਸੱਸੇ ਛੱਛੇ ਦੁਲਾਵਾਂ ਛੈ, ਛੱਛੇ ਹੋੜਾ ਛੋ, ਛੱਛੇ ਕਨੌੜਾ ਛੌ, ਛੱਛੇ ਟਿੱਪੀ ਛੰਗ, ਛੱਛੇ ਕੰਨਾ ਬਿੰਦੀ ਛਾਂ। ਨੈਕਸਟ ਹੈਗਾ ਜੱਜਾ, ਜਸਟ ਜੇ ਸਾਊਂਡ ਲਾਈਕ ਜ। ਜੱਜਾ ਮੁਕਤਾ ਜ, ਇਹਨੂੰ ਜਾ ਨਹੀਂ ਕਹਿਣਾ, ਜ। ਜੱਜਾ ਮੁਕਤਾ ਜ, ਜੱਜੇ ਕੰਨਾ ਜਾ, ਜੱਜੇ ਸਿਹਾਰੀ ਜੇ, ਜੱਜੇ ਬਿਹਾਰੀ ਜੀ, ਜੱਜੇ ਔਂਕੜ ਜੋ, ਜੱਜੇ ਦੁਲੈਂਕੜ ਜੂ, ਜੱਜੇ ਲਾਮ ਜੇ, ਜੱਜੇ ਦੁਲਾਵਾਂ ਜੈ, ਜੱਜੇ ਹੋੜਾ ਜੋ, ਜੱਜੇ ਕਨੌੜਾ ਜੌ, ਜੱਜੇ ਟਿੱਪੀ ਜੰਗ, ਜੱਜੇ ਕੰਨਾ ਬਿੰਦੀ ਜਾਂ। ਜੱਜਾ ਤੋਂ ਬਾਅਦ ਹੈਗਾ ਝੱਜਾ। ਸੋ ਝੱਜੇ ਨੂੰ ਜਸਟ ਭਾਰਾ ਕਰਕੇ ਬੋਲਣਾ ਜੱਜੇ ਨੂੰ, ਇਹ ਹੈਗਾ ਜ ਐਂਡ ਚ। ਝੱਜਾ, ਝੱਜਾ ਮੁਕਤਾ
ਚੱਜੇ ਕੰਨਾ ਚਾ ਹੁਣ ਜੱਜਾ ਐਂਡ ਝੱਜਾ ਚ ਕੀ ਡਿਫਰੈਂਸ ਆ ਉਹ ਹੈਗਾ ਜਾ ਜਸਟ ਸਿੰਪਲ ਜਾ ਜੱਜੇ ਕੰਨਾ ਜਾ ਝੱਜੇ ਕੰਨਾ ਚਾ ਫਿਰ ਜੱਜੇ ਨੂੰ ਅਸੀਂ ਭਾਰਾ ਕਰਕੇ ਬੋਲਾਂਗੇ ਉਹ ਝੱਜਾ ਬਣ ਜਾਣਾ ਜਾ ਚਾ ਝੱਜੇ ਸਿਹਾਰੀ ਚੇ ਜੱਜੇ ਸਿਹਾਰੀ ਕੀ ਹੋਊਗੀ ਜੇ ਝੱਜੇ ਬਿਹਾਰੀ ਚੀ ਜੱਜੇ ਬਿਹਾਰੀ ਹੋਊਗਾ ਜੀ ਇੱਕ ਹੈਗਾ ਜੀ ਜਿਵੇਂ ਆਪਾਂ ਹਾਂਜੀ ਬੋਲਦੇ ਹਾਂ ਜੀ ਆ ਹੈਗਾ ਚੀ ਜਿਵੇਂ ਹੁੰਦਾ ਝੀਲ ਲੇਕ ਨੂੰ ਕਹਿੰਦੇ ਝੀਲ ਜੇ ਜੱਜੇ ਨਾਲ ਪਾਵਾਂਗੇ ਬਣ ਜਾਣਾ ਜੀਲ ਝੱਜੇ ਬਿਹਾਰੀ ਚੀ ਝੱਜੇ ਔਂਕੜ ਚੋ ਝੱਜੇ ਦੁਲੈਂਕੜ ਚੂ ਝੱਜੇ ਲਾਮ ਚੇ ਝੱਜੇ ਦੁਲਾਵਾਂ ਚੈ ਝੱਜੇ ਹੋੜਾ ਚੋ ਜੇ ਹੁਣ ਝੋਲਾ ਲਿਖਣਾ ਆਪਣੇ ਇਹਦੇ ਨਾਲ ਬਣੂਗਾ ਝੱਜੇ ਹੋੜਾ ਝੋ ਲੱਲੇ ਕੰਨਾ ਝੋਲਾ ਜੇ ਜੱਜੇ ਨਾਲ ਪਾਤਾ ਉਹ ਬਣ ਜਾਣਾ ਜੋਲਾ ਠੀਕ ਹੈ ਝੱਜੇ ਕਨੌੜਾ ਚੌ ਝੱਜੇ ਟਿੱਪੀ ਝੰਗ ਝੱਜੇ ਕੰਨਾ ਬਿੰਦੀ ਝਾਂ ਹੁਣ ਨੈਕਸਟ ਇਹ ਹੈਗਾ ਨਿਹਾਂ ਸੋ ਮੋਸਟ ਆਫ ਦਾ ਟਾਈਮ ਅਸੀਂ ਨਿਹਾਂ ਬੋਲਦੇ ਹਾਂ ਨਿਹਾਂ ਖਾਲੀ ਨਿਹਾਂ ਸੋ ਇਹਦਾ ਸਹੀ ਪ੍ਰੋਨਾਊਂਸੀਏਸ਼ਨ ਜੋ ਅਸੀਂ ਕਰਨਾ ਆ ਬੋਲਣਾ ਤੁਸੀਂ ਨਹੀਂ ਆ ਪਰ ਉਹਨੂੰ ਰਾਈਟ ਸਾਈਡ ਦੇ ਦੰਦ ਆ ਨਾ ਉਹ ਬੰਦ ਕਰ ਲੈਣੇ ਆ ਲਾਈਕ ਰਾਈਟ ਬਾਈਟ ਕਰਨੀ ਆ ਐਂਡ ਫਿਰ ਨਹੀਂ ਆ ਬੋਲਣਾ ਫਿਰ ਇਹਦਾ ਸਹੀ ਪ੍ਰੋਨਾਊਂਸੀਏਸ਼ਨ ਨਿਕਲਦਾ ਲਾਈਕ ਨਿਹਾਂ ਸੋ ਰਾਈਟ ਸਾਈਡ ਜਦੋਂ ਬੰਦ ਕਰਦੇ ਆ ਫਿਰ ਬੋਲ ਹੁੰਦਾ ਨਿਹਾਂ ਨਿਹਾਂ ਮੁਕਤਾ ਨਿਹਾਂ ਨਿਹਾਂ ਕੰਨਾ ਨਿਹਾਂ ਨਿਹਾਂ ਸਿਹਾਰੀ ਨਿਹਾਂ ਨਿਹਾਂ ਬਿਹਾਰੀ ਨੀ ਨਿਹਾਂ ਔਂਕੜ ਨਿਊ ਨਿਹਾਂ ਦਲੈਂਕੜ ਨੂ ਨਿਹਾਂ ਲਾਮ ਨਿਹ ਨਿਹਾਂ ਦਲਾਵਾਂ ਨਿਹ ਨਿਹਾਂ ਹੋੜਾ ਨੂ ਨਿਹਾਂ ਕਨੌੜਾ ਨੌ ਨਿਹਾਂ ਟਿੱਪੀ ਨਿਹੰਗ ਨਿਹਾਂ ਗੰਨਾ ਬਿੰਦੀ ਨਿਹਾਂ ਸੋ ਘੱਗਾ ਆਈ ਮੀਨ ਗੰਗਾ ਗੰਗਾ ਐਂਡ ਨਿਹਾਂ ਇਹਨਾਂ ਦੋਨਾਂ ਦੀ ਮੈਂ ਇੱਕ ਅਲੱਗ ਵੀਡੀਓ ਬਣਾਊਂਗੀ ਸੋ ਆਮ ਪੰਜਾਬੀ ਦੇ ਵਿੱਚ ਅਸੀਂ ਅੱਜ ਕੱਲ੍ਹ ਇਹ ਅੱਖਰ ਜ਼ਿਆਦਾ ਨਹੀਂ ਦੇਖ ਰਹੇ ਕਿਤਾਬਾਂ ਦੇ ਵਿੱਚ ਕਿ ਕੋਈ ਅੱਖਰ ਇਹ ਤੋਂ ਸਟਾਰਟ ਹੋਵੇ ਤਾਂ ਕਰਕੇ ਲਿਖਿਆ ਹੁੰਦਾ ਗੰਗਾ ਖਾਲੀ ਨਿਹਾਂ ਖਾਲੀ ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਆ ਗੁਰਬਾਣੀ ਦੇ ਵਿੱਚ ਇਹਨਾਂ ਦੇ ਵਿੱਚੋਂ ਅੱਖਰ ਹੈਗੇ ਆ ਸੋ ਹੁਣ ਸਮਾਂ ਪੈਣ 'ਤੇ ਪੰਜਾਬੀ ਦੇ ਵਿੱਚ ਇਹ ਅੱਖਰਾਂ ਦੀ ਜਗ੍ਹਾ ਕਿਤੇ ਗੱਗੇ ਨੇ ਲੈ ਲਈ ਕਿਤੇ ਹੋਰ ਜੱਜੇ ਨੇ ਲੈ ਲਈ ਸੋ ਆਈ ਵਿਲ ਕਵਰ ਦੋਜ਼ ਇਨ ਅ ਨੈਕਸਟ ਵੀਡੀਓ ਪਰ ਜੇ ਤੁਸੀਂ ਗੁਰਬਾਣੀ ਪੜ੍ਹਨੀ ਆ ਦੈਨ ਯੂ ਹੈਵ ਟੂ ਡੂ ਦਾ ਮੁਹਾਰਨੀ ਫੋਰ ਨਿਹਾਂ ਐਂਡ ਗੰਗਾ ਅਤੇ ਉਦੋਂ ਤੱਕ ਮੈਂ ਆਈ ਵਿਲ ਕ੍ਰੀਏਟ ਅਨਦਰ ਵੀਡੀਓ ਫੋਰ ਬੋਥ ਆਫ ਦੀਜ਼ ਲੈਟਰਸ ਓਕੇ ਥੈਂਕਸ ਫੋਰ ਵਾਚਿੰਗ ਸੀ ਯੂ ਸੂਨ